Mr. Singh Productions presents. Sumar Athah Aganat Atul Jyon Bulaboh Tyon Nanak Das कहां तुच्छ प्रभ बुद्ध हमारी बरन सके महिमा जो तुहारी हम नह सकत कर सिफत तुम्हारी आप ले हो तुम कथा सुधारी जुग हो जुग अटल चवर शतर तखत दे मालिक तन तन साहिब सतगुरु श्री गुरु ग्रंथ साहिब महाराज सचे पातशाह जी दी पावन पवित्र हजूरी अंदर जुड़ बैठ के अति सत्कारयोग महापुरुष संत बाबा हजारा सिंह जी तिना महापुरुषों की प्यारी याद अंदर जुड़ बैठी साध संगत जीओ प्यार सहित सारे गुरफतेह की सांझ पाओ कोई रसना वांझी ना रहे गज के आखो जी वाहिगुरु जी का खालसा वाहिगुरु जी की फतेह। सत्कारयोग संत बाबा अमरीक सिंह जी तिना महापुरशां वल्लों इह सलाना समागम जो इस धरती ते महापुरशां दी याद विच उलीके गए आप जी सारे उस विच बहुतात गिनती विच हाजरियां भर रहे हो। दास तो पहला भाई निरवैर सिंह जी टडरिया वाले महापुरशां दे जथेदार सेवादार आप जी नाल गुरमत दियां और अजोके समय अंदर वापरियां घटनावां दा सिलसिलेवार जिक्र कर रहे सन। उन्हां तो पहला बाबा तरनजीत सिंह होरां ने सिखी दे महान विरसे बारे जानकारी देंदियां उन्हां महान गुरसिखां दा जिक्र कीता है जिन्हां गुरसिखां ने गुरसिखी तो अपना आपा घोल घुमा दिता। मैं गुरु के सवारो कुछ समय वास्ते ही आप जी नाल इस प्रथाए बेनतियां करके समाप्ति कर देनी। सिखी दे बानी हन धन गुरु नानक साहब सचे पातशाह महाराज सतगुरां ने गुरमत दा गाड़ी राह चलाया ते एक बेनती करा गुरमत गाड़ी राह चलाउंदियां निर्मल पंथ दी स्थापना कीते ते इस निर्मल पंथ ने खालसा पंथ तक पहुंचदियां पहुंचदियां गुरु के सवारो बहुत उतरा चढ़ा नू वेख्या बहुत कुछ अपने हड्डां नाल हंडाया बड़ियां परिस्थितियां विच्चों ए पंथ निकलिया
ਤੇ ਆਖਰ ਗੁਰੂ ਸਾਹਿਬ ਜੀ ਨੇ ਇਹਨੂੰ ਸੰਪੂਰਨਤਾ ਬਖਸ਼ ਕੇ ਉਹ ਖੇੜਾ ਬਖਸ਼ ਦਿੱਤਾ ਜਿਹੜਾ ਖੇੜਾ ਗੁਰੂ ਕੇ ਸਵਾਰੋ ਇਹਨੂੰ ਦੁੱਖਾਂ ਦੇ ਅੰਦਰ ਵੇ ਇਹਦੀ ਜ਼ਿੰਦਗੀ ਦੇ ਅੰਦਰ ਕਾਇਮ ਰਿਹਾ। ਅਸੀਂ ਅਰਦਾਸ ਵਿੱਚ ਇਹ ਬੋਲ ਰੋਜ਼ ਪੜ੍ਹਦੇ ਜਿਨ੍ਹਾਂ ਦਾ ਜ਼ਿਕਰ ਬਾਬਾ ਤਰਨਜੀਤ ਸਿੰਘ ਜੀ ਹੋਰਾਂ ਨੇ ਕੀਤਾ, ਬੰਦ ਬੰਦ ਕਟਾਏ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਅੱਜ ਉਹਨਾਂ ਮਹਾਨ ਸਾਰੇ ਸਿੱਖਾਂ ਦੀ ਯਾਦ ਵਿੱਚ ਜੁੜ ਕੇ ਇੱਕ ਵਾਰੀ ਆਪਣੇ ਆਪ ਸਾਡੀ ਰਚਨਾ ਤੋਂ ਨਿਕਲ ਜਾਂਦਾ ਕਿ ਬੋਲੋ ਜੀ ਵਾਹਿਗੁਰੂ। ਸਿੱਖੀ ਨੇ ਗੁਰੂ ਕੇ ਸਵਾਰੋ, ਸਤਿਗੁਰਾਂ ਨੇ ਆਪਣੇ ਕੋਲ ਕੁਝ ਨਹੀਂ ਰੱਖਿਆ, ਸਭ ਕੁਝ ਗੁਰਸਿੱਖ ਦੀ ਝੋਲੀ ਅੰਦਰ ਪਾ ਦਿੱਤਾ। ਇਹ ਸਿੱਖੀ ਨਿਤਨੇਮ ਸੇਵਾ ਸਿਮਰਨ ਕਿਰਤ ਬਿਰਤ ਸੱਜੇ ਸੁੱਚੇ ਅਸੂਲਾਂ ਨੂੰ ਧਾਰਨ ਕਰਨ ਦਾ ਨਾਂ ਸਿੱਖੀ ਹੈ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਹੇਠ ਇਸ ਸਿੱਖੀ ਨੂੰ ਕਰ ਦਿੱਤਾ ਤੇ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਦੀ ਦਾਤ ਦੇ ਕੇ ਨਾਮ ਦੇਣ ਦੀ ਜਿਹੜੀ ਪਰੰਪਰਾ ਸੀ ਜਿਹੜੀ ਮਰਿਆਦਾ ਸੀ ਸਤਿਗੁਰਾਂ ਨੇ ਉਹ ਪੰਜਾਂ ਪਿਆਰਿਆਂ ਰਾਹੀਂ ਸਿੱਖ ਜਗਤ ਨੂੰ ਦੇਣ ਦੀ ਗੁਰੂ ਕੇ ਸਵਾਰਿਓ ਮਰਿਆਦਾ ਬਣਾ ਦਿੱਤੀ। ਖਿਆਲ ਕਰਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਸਿੱਖ ਨੂੰ ਜੋੜਿਆ ਤੇ ਜੋੜਿਆ ਇੰਨਾ ਕੁ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿੰਦਾ ਹੋਇਆ ਸਿੱਖ ਆਪਣਾ ਅਕੀਦਾ ਆਪਣਾ ਭਰੋਸਾ ਆਪਣਾ ਵਿਸ਼ਵਾਸ ਗੁਰੂ ਕੇ ਸਵਾਰਿਓ ਗੁਰੂ ਤੇ ਇੰਨਾ ਰੱਖੇ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਰਹਿੰਦਿਆਂ ਕਿਸੇ ਹੋਰ ਪਾਸੇ ਇਹਦਾ ਧਿਆਨ ਨਾ ਜਾਏ। ਅਕੀਦਾ ਬਣਾਉਣ ਵਾਲੇ ਸਤਿਗੁਰਾਂ ਨੇ ਆਪਣੇ ਜੀਵਨ ਦੀ ਗੱਲ ਕਰਦਿਆਂ ਖਾਲਸਾ ਪੰਥ ਨੂੰ ਇਹ ਸੇਧ ਦਿੱਤੀ, ਆਖਿਆ ਸੀ ਖਾਲਸਾ ਜੀ ਖਿਆਲ ਕਰਿਓ ਕਿੰਨਾ ਕੁ ਜੁੜਨਾ ਹੈ ਇਸ ਗੁਰੂ ਦੇ ਚਰਨ ਕਿੰਨੇ ਕੁ ਆਤਮ ਸਮਰਪਣ ਕਰਕੇ ਪਕੜਨੇ ਨੇ, ਇਸ ਗੁਰੂ ਦੇ ਚਰਨਾਂ ਤੇ ਕਿੰਨਾ ਕੁ ਯਕੀਨ ਤੇ ਭਰੋਸਾ ਕਰਨਾ। ਕਹਿ ਲੱਗੇ ਮੈਂ ਤੁਹਾਨੂੰ ਇੱਕ ਗੱਲ ਸਵਈਏ ਰਾਹੀਂ ਸਮਝਾ ਦੇਣਾ, ਤੁਹਾਨੂੰ ਇਸ ਗੱਲ ਦਾ ਆਭਾਸ ਹੋ ਜਾਏਗਾ ਕਿ ਇਸ ਗੁਰੂ ਦੇ ਚਰਨ ਪਕੜਨੇ ਕਿੰਨਾ ਕੁ ਵਿਸ਼ਵਾਸ ਚਾਹੀਦਾ। ਸਤਿਗੁਰਾਂ ਦਾ ਉਹ ਵਚਨ ਉਹ ਸਵਈਆ ਅਸੀਂ ਗੁਰੂ ਕੇ ਸਵਾਰਿਓ ਤਕਰੀਬਨ ਰੋਜ਼ ਪੜ੍ਹਦੇ। ਸਾਹਿਬ ਨੇ ਬਚਨ ਗਏ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ, ਕਿਹਾ ਜਿਸ ਦਿਨ ਤੋਂ ਮੈਂ ਤੇਰੇ ਚਰਨ ਪਕੜੇ ਨੇ ਮੇਰੇ ਮਾਲਕ ਮੈਂ ਉਸ ਦਿਨ ਤੋਂ ਆਪਣੀ ਅੱਖ ਥੱਲੇ ਹੋਰ ਕਿਸੇ ਨੂੰ ਨਹੀਂ ਲਿਆਇਆ। ਸਭ ਤੋਂ ਵੱਡੀ ਗੱਲ ਤੇ ਅਗਲਾ ਬਚਨ ਕਿਹਾ ਰਾਮ ਰਹੀਮ ਪੁਰਾਨ ਕੁਰਾਨ, ਇਹ ਸਾਰੇ ਵੱਖ ਵੱਖ ਧਰਮਾਂ ਦੇ ਧਾਰਮਿਕ ਆਗੂ ਨੇ ਵੱਖ ਵੱਖ ਧਰਮਾਂ ਦੇ ਧਾਰਮਿਕ ਗ੍ਰੰਥ ਨੇ। ਸਤਿਗੁਰੂ ਕਹਿਣ ਲੱਗੇ ਸਾਰੇ ਆਪੋ ਆਪਣੀ ਥਾਵੇਂ ਮੁਬਾਰਕ ਹਨ ਪਰ ਮੈਂ ਮਾਲਕ ਤੇਰੇ ਚਰਨਾਂ ਚਰਨ ਪਕੜੇ ਨੇ ਮੇਰੇ ਵਾਸਤੇ ਤੂੰ ਹੀ ਸਭ ਕੁਝ ਹੈ ਮੈਂ ਤੇਰੇ ਉੱਤੇ ਬਿਨਾ ਹੋਰ ਕਿਸੇ ਪਾਸੇ ਝਾਕਦਾ ਨਹੀਂ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਵੋ ਭੇਦ ਕਹੇ ਹਮ ਏਕ ਨਾ ਜਾਣਿਓ। ਫਿਰ ਕਿਹਾ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨੇ। ਜ਼ਿੰਦਗੀ ਨੂੰ ਗੁਰੂ ਕੇ ਸਵਾਰੇ ਗੁਰੂ ਚਰਨਾਂ ਵਿੱਚ
किस ढंग नाल शब्द के चरणों में किस ढंग नाल जोड़ना है। गुरु साहब जी ने इस सवैये राही अपनी भावना प्रकट करदे आ खालसा पंथ नूं सिख जगत नूं यह संदेश बख्श कर दिता। ख्याल करो गुरु ग्रंथ साहिब महाराज, क्योंकि अज का यह मजमून जिस महापुरश की प्यारी याद में जुड़ बैठे हैं, क्योंकि सारे गुरु ग्रंथ साहब और गुरु पंथ का प्रचार करने वाले ये अस्थान हैं, ये शख्सियत हैं। धन श्री गुरु ग्रंथ साहब सच्चे पातशाह महाराज जी ने विच कैसी साहब जी ने कृपा की, मैं बेनती करया करदा जदों भगत नामदेव नूं मंदिर विचों धक्के पै जिसका जिक्र वो बाणी विच आप भी करदे ने, जदों धक्के पै उच्ची जात वाले ने कहा नामदेव धर्म की गल सुन नहीं सकता, नामदेव धर्म की गल कर नहीं सकता, नामदेव धर्म मंदिर विच आ नहीं सकता। जदों मंदिर विचों धक्के मारे तो ख्याल करो धन गुरु अर्जन साहिब महाराज दयालु सतगुरां ने आख्या नामदेव कोई नहीं, लोकां ने तुहानूं मंदिर विचों धक्के मारे, आओ तुहाडी बाणी नूं गुरु ग्रंथ साहिब महाराज जी विच साहिब ने दर्ज करन दा कीता ते साहिब ने पैगाम दे दिता। गुरु ग्रंथ साहिब महाराज जी विच उह बोल दर्ज करके हरिमंदर विच प्रकाश कर दिता, क्या जिन्हां नूं मंदिर विचों धक्के पै उन्हां नूं हरिमंदर विच थां मिलेगी। गुरु ग्रंथ साहिब महाराज जी की इन्नी विलखणता, भगत कबीर नूं, भगत सैन जी नूं, भगत पीपा जी नूं, भगत त्रिलोचन जी नूं, इन्हां सारे भगतां नूं माण मिलिया। सतगुरां ने कहा इस गुरु नूं कोई रिझा लवे, इत्थे जात पात की गल नहीं, वर्ण वंड की गल नहीं, ऊंच नीच की गल नहीं, जेड़ा भी गुरु ग्रंथ साहिब महाराज जी के चरणों में श्रद्धा से प्यार रख के गुरु नूं रिझा लवे, गुरु ओदी ही झोली गुरु ग्रंथ साहिब महाराज भरन। ख्याल करो हिंदुस्तान में धार्मिक ग्रंथ होर भी बहुत ने, ईसाइयत का अपना धर्म ग्रंथ है बाइबल, कुरान का इस्लाम का अपना धर्म ग्रंथ है कुरान, हिंदू मत के अपने धर्म ग्रंथ हैं चार वेद, सताई छे शास्त्र, अठारह प्राण और सताई स्मृति। धन श्री गुरु ग्रंथ साहिब महाराज जी ने सिखी की व्याख्या करदिया गुरु कलगीधर पातशाह जी ने पैगाम दिता, खालसा जी बेनती नहीं, रब वालों आया हुक्म तुहानू सारिया नू सुना रहे। वो हुक्म की सी? वो हुक्म असी रोज अरदास विच पढ़दे आ, पाए आग्या भई अकाल की तवी चलायो पंथ, कहिंदे मैं आग्या दे नाल पंथ चलिया, रब दे हुक्म दे नाल पंथ चलिया। ख्याल करियो इन्हां दिनां विच पंथ ते ग्रंथ दोनों जिथों सानू रोशनी मिलनी है, जिथों साडे जीवन का मार्ग दर्शन होना है, जिथों सिख नूं अपना नरोया जीवन रोज मिलना है, इन्हां दिनां विच उसकी चर्चा हो रही है। तुसीं भली भांत मीडिया राही जानदे हो, सतगुरां ने कहा सी आग्या भई अकाल की तभी चलायो पंथ, ते आख्या ओए पंथ आग्या विच चलिया है, ते पंथ नूं अगला हुक्म की है। गुरु ग्रंथ जी मान्यो ए पंथ नूं हुक्म है, आग्या भई अकाल की तभी चलायो पंथ, सब सिखण को हुक्म है गुरु मान्यो ग्रंथ,
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲਿਹ। ਕਹਿ ਲਗੇ ਜੋ ਕੁਝ ਤੂੰ ਚਾਹਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਈ, ਜੋ ਕੁਝ ਤੂੰ ਚਾਹਨਾ ਗੁਰੂ ਕੇ ਚਰਨਾਂ ਵਿੱਚ ਜੁੜੀ ਤੈਨੂੰ ਸਭ ਕੁਝ ਮਿਲ ਜਾਏ। ਮੈਂ ਬੇਨਤੀ ਕਰਾਂ ਪਿਆਰਿਓ, ਅੱਜ ਉਸ ਗੁਰੂ ਨੇ ਜਿਸ ਗੁਰੂ ਨੇ ਵਿੱਚੋਂ ਪੈਗਾਮ ਮਿਲਦਾ ਸਭੇ ਸਾਂਝੀ ਵਾਰ ਸਦਾਇਨ, ਤੂੰ ਕਿਸੇ ਨਾ ਦਿਸੈ ਬਾਰਾ ਜੀ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਉਸ ਗੁਰੂ ਦਾ ਨਿਰਾਦਰ ਪਤਾ ਨੀ ਕਿਸ ਮੈਲੀ ਰੂਹ ਨੇ ਗੁਰੂ ਕੇ ਸਵਾਰ ਪੰਜਾਬ ਦੀ ਧਰਤੀ ਤੇ ਕੀਤਾ। ਤੇ ਸਭ ਤੋਂ ਵੱਡੀ ਗੱਲ ਇਹ, ਉਸ ਧਰਤੀ ਤੇ ਜਿਸ ਧਰਤੀ ਦਾ ਜ਼ਿਕਰ ਪ੍ਰੋਫੈਸਰ ਪੂਰਨ ਸਿੰਘ ਕਰਦਿਆਂ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਂ ਤੇ, ਪੰਜਾਬ ਗੁਰੂਆਂ ਦੇ ਨਾਂ ਤੇ ਜਿਉਂਦਾ। ਜਿਹੜਾ ਪੰਜਾਬ ਗੁਰੂਆਂ ਦੇ ਨਾਂ ਤੇ ਜਿਉਂਦਾ, ਉਸ ਪੰਜਾਬ ਦੀ ਧਰਤੀ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਰਾਦਰ ਹੋਵੇ। ਇੱਕ ਵਾਰੀ ਨਹੀਂ, ਵਾਰ ਵਾਰ ਗੁਰੂ ਕੇ ਸਵਾਰਿਓ। ਇਹ ਕਿੰਨਾ ਨੂੰ ਹੌਸਲਾ ਪੈ ਰਿਹਾ, ਇਹ ਕੌਣ ਲੋਕ ਹਨ? ਸਿੱਖ ਨੇ ਗੁਰੂ ਕੇ ਸਵਾਰਿਓ, ਤੁਸੀਂ ਹੁਣਾਂ ਸ਼੍ਰਵਣ ਕੀਤਾ, ਆਪਣੇ ਗੁਰੂ ਤੋਂ ਬੰਦ ਬੰਦ ਕਟਵਾਏ, ਆਪਣੇ ਗੁਰੂ ਤੋਂ ਖੋਪੜੀਆਂ ਲਵਾਈਆਂ, ਤੇ ਕਿੱਡਾ ਕਮਾਲ ਦਾ। ਜਿਹੜੇ ਲੋਕ ਕਹਿੰਦੇ ਨੇ ਕਿ ਉਹਨਾਂ ਨੂੰ ਸ਼ਾਇਰੇ ਕਰਨ ਵਾਲੇ ਸਜ਼ਾ ਤੋਂ ਬਚ ਜਾਣਗੇ, ਗੁਰੂ ਸਵਾਰਿਓ ਕਦੀ ਵੀ ਨਹੀਂ ਹੋ ਸਕੇ। ਜੇ ਉਹਨਾਂ ਨੂੰ ਭੁਲੇਖਾ ਤੇ ਇਤਿਹਾਸ ਦਾ ਇੱਕ ਪੰਨਾ ਪੜ੍ਹ ਕੇ ਧਿਆਨ ਨਾਲ ਸੁਣ ਲੈਣ, ਭਾਈ ਤਾਰੂ ਸਿੰਘ ਸਾਹਿਬ ਨੂੰ ਖੋਪਰੀ ਲੈ ਗਈ, ਜ਼ਕਰੀਆ ਖਾਂ ਕਹਿਣ ਲੱਗਾ ਓਏ ਤਾਰੂ ਸਿੰਘਾ, ਤੇਰੀ ਖੋਪੜੀ ਤੇਰੇ ਤਨ ਤੋਂ ਲੈ ਗਈ, ਹੁਣ ਤੇ ਮੌਤ ਸਾਹਮਣੇ ਖਲੋਤੀ ਏ, ਹੁਣ ਤੂੰ ਆਪਣੇ ਅਕੀਦੇ ਤੋਂ ਬਦਲ ਸਕਦਾ। ਭਾਈ ਸਾਹਿਬ ਹੱਸੇ, ਕਹਿਣ ਲੱਗੇ ਜ਼ਕਰੀਆ ਤੈਨੂੰ ਭੁਲੇਖਾ, ਮੇਰੀ ਖੋਪੜੀ ਭਾਵੇਂ ਮੇਰੇ ਸਿਰ ਤੋਂ ਲੈ ਚੁੱਕੀ ਏ, ਤੇਰੀ ਖੋਪੜੀ ਤੇਰੇ ਸਿਰ ਤੇ ਸਲਾਮਤ ਹੈ, ਪਰ ਇੱਕ ਮੈਂ ਤੈਨੂੰ ਦੱਸ ਦੇਣਾ ਚਾਹੁੰਦਾ, ਤੈਨੂੰ ਮੈਂ ਆਪਣੀ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਲਿਜਾਵਾਂਗਾ। ਇਤਿਹਾਸ ਨੇ ਵੇਖਿਆ 40 ਦਿਨ ਜ਼ਕਰੀਆ ਖਾਨ ਨੂੰ ਬੰਨ ਪੈ ਗਏ, ਤੁਸੀਂ ਜਾਣਦੇ ਹੋ ਸਾਰਾ ਇਤਿਹਾਸ। ਤੇ ਖਾਲਸੇ ਪੰਥ ਤੋਂ ਪੁੱਛਿਆ ਗਿਆ ਜ਼ਕਰੀਏ ਦਾ ਇਲਾਜ ਕੀ, ਤੇ ਖਾਲਸੇ ਪੰਥ ਨੇ ਜਿਹੜੀ ਦਵਾਈ ਦੱਸੀ, ਆਖਿਆ ਉਸ ਕਾਫਰ ਦਾ ਇਲਾਜ ਇੱਕ ਹੀ ਹੈ, ਜਿਸ ਸ਼ਖਸੀਅਤ ਦੀ ਖੋਪਰੀ ਲੱਥੀ ਹੈ, ਜੇ ਉਸ ਸ਼ਖਸੀਅਤ ਦੇ ਪੈਰਾਂ ਦਾ ਜੋੜਾ ਰੋਜ਼ ਇਹਦੇ ਸਿਰ ਵਿੱਚ ਮਾਰਿਆ ਜਾਏ ਇਹਦਾ ਬੰਨ ਟੁੱਟ ਜਾਏ। ਰੋਜ਼ ਇਹ ਦਵਾਈ ਹੁੰਦੀ ਰਹੀ ਤੇ ਗੁਰੂ ਕੇ ਸਵਾਰਿਓ 40 ਦਿਨ ਤਕਰੀਬਨ 40-41 ਦਿਨ ਬਾਅਦ ਜ਼ਕਰੀਆ ਜੁੱਤੀਆਂ ਦੀ ਮਾਰ ਖਾਂਦਿਆਂ ਮਰ ਗਿਆ। ਤੇ ਭਾਈ ਸਾਹਿਬ ਨੇ ਆਖਿਆ ਭਾਈ ਸ਼ਬੇਗ ਸਿੰਘ ਜੀ ਲਿਆਓ ਇਸ਼ਨਾਨ ਕਰੀਏ, ਜ਼ਕਰੀਆ ਚਲਾ ਗਿਆ, ਉਹਦੇ ਪਿੱਛੇ ਸਾਨੂੰ ਵੀ ਜਾਣ ਦੀ ਲੋੜ। ਇਹ ਖਾਲਸੇ ਦੇ ਬੋਲਾਂ ਦੀ ਪਰਪੱਕਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਮਿਲੀ ਹੈ ਖਾਲਸੇ ਨੂੰ। ਸਾਡਾ ਗ੍ਰੰਥ ਗੁਰੂ ਗ੍ਰੰਥ ਤੇ ਗੁਰੂ ਪੰਥ, ਇਹਦੇ ਝੰਡੇ, ਇਹਦੀ ਚੜ੍ਹਦੀ ਕਲਾ
गुरु के सवारे ना ते सानू देनी है। ए सिद्धांत है साडा गुरु जो पंज प्यारे साहब जी ने साजे उन्हां दा अधिकार भी कमाल दा। काली बोली रात कोई अपना नेड़े नजर नहीं आंदा ते इन्हां नूं केवल खट्टे चोले पा के इन्हां नूं इंसान ना समझ लियो। पंज प्यारिआं नूं केवल खट्टे चोले पा के पाए हुए इंसान ना समझियो। इन्हां पंजां प्यारिआं विच जिहड़ा तन खट्टे केसरी चोले विच वलेटिआ होया है, कमर कस्सा जिसनूं लगा है, उहदे विच गुरु गोबिंद सिंह महाराज जी का सिद्धांत उस वेले कम करदा है। कोई अपना नहीं, काली बोली रात है ते उन्हां पंजां ने कह दिता गुरु गोबिंद सिंह महाराज आग्या नहीं। सवेर का दिन इस गड़ी विच चढ़े की कहना चाहते खालसा जी सतगुरु असी ए गुरमता कीता असी ए कहना चाहते हैं कि आप जी कृपा करो सवेरे सूरज चढ़न तो पहला पहला कहन तो भाव अज की रात ही इसे चमकौर की गड़ी नू छड़न दा खालसा पंथ आप जी नू हुक्म सुनाउंदा है। ते उस खालसा पंथ दे जन्मदाते ने हाथ जोड़ लै ते आख्या खालसा जी ए पंज प्यारे हो ऐ खालसा पंथ जी मैं तुहाडे इस हुक्म नू जरूर पालांगा। तुसा मैनू कहा मैं तुहाडे हुक्म नू जरूर पालांगा। ते दीन दुनिया दे मालक चमकौर दी गड़ी नू गुरु के सवारो रातों रात छड गए। कदी वो पंज प्यारे कहिंदे ने तुसाने तीर दे नाल नमस्कार की दादू की कबर नू सुनाओ हुक्म। इतिहास कहिंदा है कि उस पंथ ने गुरु नू सेवा लाई। आपे गुरु चेला की गल जदों गुरु ने की थी तो उसकी सिखी दे बनाए हुए स्ट्रक्चर नू बनाए हुए सिद्धांत नू उन्होंने आप पालिया। तो मैं बेनती करा जिन्हों उन्होंने आप पालिया भला होर दुनिया के किस बंदे की ताकत कि उन्होंने सिद्धांतों नू चैलेंज कर सके उन्होंने सिद्धांतों नू तोड़ सके ना। ख्याल करो गुरु ग्रंथ साहिब महाराज जी दी ताबिया ते पंज प्यारे साहिबाना दी देख रेख अगवानी अंदर खालसा पंथ ने बड़िया मौजा माणिया। खालसा पंथ ने बड़िया नवीं नवीं रुतां ते नवे नवे बखेड़िया नू सर कीता। खन्नी खन्नी रोटी ते गुजारा कीता। घर काट गुरु के सवारो इस दे ना रहे बच्चियां दे टोटे गल विच पवाए रखे पर जदों सारा कुछ चल के वह खालसा गुरु के चरणा विच मथा टेकदा सी ते घंटा तो बह के जो सिमरन भजन कर लैंदा सी बाणी पढ़ लैंदा सी ते कह दिंदा सी पातशाह तेरे चरणा विच बह के सारे दे सारे पिछले दुख अज भुल चुके हैं। उस गुरु ने सानू एडा वड्डा गुरु के सवारे कमाल दा सिद्धांत दिता। इत्थे एक नहीं पंज दी गल है पंच प्रवान पंच प्रधान। इत्थे नाम कन्न विच नहीं इत्थे ते गुरु की हजूरी विच दृढ़ कराया जांदा है। पंज प्यारे कराउंदे ने ते ख्याल करो गुरु के सवारो अज उस सिद्धांत ते असी पहरा देण।
ਆ ਜਿਹੜੀਆਂ ਘਟਨਾਵਾਂ ਹੋਈਆਂ ਨੇ ਬੜੀਆਂ ਦੁਖਦਾਈ ਨੇ, ਪਰ ਇਹਨਾਂ ਤੋਂ ਹੀਨ ਭਾਵਨਾ ਨਹੀਂ ਲੈਣੀ। ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਪਾਤਸ਼ਾਹ ਸਾਨੂੰ ਉਹ ਤਾਜ਼ਗੀ ਦੇ ਜਿਹੜੀ ਕਾਨੂੰ ਵਾਣੇ ਦੇ ਛੰਭ ਦੇ ਵਿੱਚੋਂ ਸਾਨੂੰ ਦਿੱਤੀ ਸੀ, ਸਾਨੂੰ ਉਹ ਫਿਰ ਤਾਜ਼ਗੀ ਦੇ ਜਿਹੜੇ ਬੀਆਬਾਨ ਜੰਗਲਾਂ ਵਿੱਚ ਸਾਨੂੰ ਘੁੰਮਦਿਆਂ ਨੂੰ ਤੁਸਾਂ ਨੇ ਬਖਸ਼ੀ ਸੀ। ਅਸੀਂ ਨਿਰਾਸ਼ਤਾ ਦੇ ਦੌਰ ਵਿੱਚ ਜਾਣ ਵਾਲੇ ਨਹੀਂ। ਮੈਂ ਬੇਨਤੀ ਕਰਾਂ, ਸਿੰਘ ਵੀ ਦੋ ਸ਼ਹੀਦ ਹੋਏ, ਗੁਰੂ ਗ੍ਰੰਥ ਸਾਹਿਬ ਪੰਜ ਪਿਆਰੇ ਤੇ ਸ਼ਹੀਦ, ਸ਼ਹੀਦ ਦਾ ਕੰਸੈਪਟ ਵੀ ਗੁਰਮਤ ਵਿੱਚ ਬਹੁਤ ਵੱਡਾ ਕੰਸੈਪਟ ਹੈ। ਹਿੰਦੁਸਤਾਨ ਨੂੰ ਮਾਣ ਹੀ ਸਿੱਖਾਂ ਤੇ ਹੈ ਕਿ ਪਹਿਲੀ ਵਾਰੀ ਹਿੰਦੁਸਤਾਨ ਵਿੱਚ ਜੇ ਸ਼ਹੀਦ ਸ਼ਬਦ ਆਇਆ ਤੇ ਸਿੱਖੀ ਕਰਕੇ ਆਇਆ। ਇਹ ਸ਼ਬਦ ਪਹਿਲਾਂ ਅਰਬ ਵਿੱਚ ਸੀ, ਜਦੋਂ ਕਰਬਲਾ ਦੇ ਮੈਦਾਨ ਵਿੱਚ ਹਸਨ ਤੇ ਹੁਸੈਨ ਦੋ ਇਸਲਾਮ ਦੇ ਨੌਜਵਾਨ ਮਾਰੇ ਗਏ, ਉਸ ਵੇਲੇ ਇਸਲਾਮ ਨੇ ਆਖਿਆ ਹਸਨ ਤੇ ਹੁਸੈਨ ਸਾਡੇ ਸ਼ਹੀਦ ਨੇ। ਹਿੰਦੁਸਤਾਨ ਵਿੱਚ ਸ਼ਹੀਦ ਸ਼ਬਦ ਨਹੀਂ ਸੀ, ਇਹਦੇ ਮੁਕਾਬਲੇ ਕਿ ਸ਼ਬਦ ਸੀ ਬਲੀਦਾਨ। ਪਰ ਧੰਨ ਨੇ ਗੁਰੂ ਅਰਜਨ ਸਾਹਿਬ ਮਹਾਰਾਜ, ਜਦੋਂ ਪਹਿਲੀ ਵਾਰੀ ਉਹ ਤੱਤੀ ਤਵੀ ਤੇ ਬੈਠ ਕੇ ਤਸੀਏ ਝੱਲ ਕੇ ਸ਼ਾਂਤਮਈ ਆਪਣਾ ਆਪਾ ਕੁਰਬਾਨ ਕਰ ਗਏ, ਹਿੰਦੁਸਤਾਨ ਦੀ ਫੀਜਾ ਕੂਕ ਉੱਠੀ, ਅੱਜ ਪਹਿਲੀ ਵਾਰੀ ਮੇਰੇ ਉੱਪਰ ਮੇਰੀ ਹਿੱਕ ਤੇ ਕੋਈ ਸ਼ਹੀਦ ਹੋਇਆ। ਤੇ ਉਸ ਸ਼ਹੀਦ ਨੇ, ਅਸੀਂ ਸ਼ਹੀਦਾਂ ਦੇ ਸਰਤਾਜ ਉਹਨਾਂ ਨੂੰ ਤਾਂ ਕਹਿੰਦੇ ਹਾਂ, ਉਸ ਸ਼ਹੀਦਾਂ ਦੇ ਸਰਤਾਜ ਨੇ ਇੰਨਾ ਰੰਗ ਲਾ ਦਿੱਤਾ ਸ਼ਹੀਦੀ ਦਾ, ਨਾ ਉਮਰਾਂ ਦੇ ਖੱਪੇ ਉੱਥੇ ਕੋਈ ਅਰਥ ਰੱਖੇ। 90 ਸਾਲ ਦਾ ਬਾਬਾ ਵੀ ਸ਼ਹੀਦ ਹੋ ਗਿਆ, 2 ਸਾਲ 7 ਸਾਲ ਤੇ 9 ਸਾਲ ਦੇ ਸ਼ਹੀਦ ਵੀ ਹੋ ਗਏ, 50 ਸਾਲ ਤੇ 45 ਸਾਲ ਦੇ ਸ਼ਹੀਦ ਵੀ ਇੱਥੇ ਵੇਖਣ ਨੂੰ ਮਿਲ ਜਾਂਦੇ ਨੇ ਇਤਿਹਾਸ ਦੇ ਪੰਨਿਆਂ ਤੇ। ਇਹ ਇੰਨਾ ਮਹਾਨ ਸਾਡੀ ਵਿਰਾਸਤ ਹੈ। ਤੇ ਗੁਰੂ ਕੇ ਸਵਾਰਿਓ ਬਸ, ਕਿਉਂਕਿ ਅਸੀਂ ਉਸ ਮਾਹੀ ਵਿੱਚ ਆਪਣਾ ਆਪਾ ਲੀਨ ਕਰਨਾ। ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਨੇ ਬੜੇ ਪਿਆਰੇ ਬੋਲ ਕਹੇ ਸਨ, ਮੈਂ ਕਹਿ ਕੇ ਸਮਾਪਤੀ ਕਰਾਂ। ਉਹ ਕਹਿੰਦੇ ਨੇ ਮੈਂ ਪਾਣੀ ਨੂੰ ਝਰਨਿਆਂ ਵਿੱਚੋਂ ਨਦੀ ਦਾ ਰੂਪ ਬਣ ਕੇ ਸਮੁੰਦਰ ਵੱਲ ਆਉਂਦਿਆਂ ਤੱਕਿਆ, ਮੈਂ ਵੇਖਿਆ ਪਾਣੀ ਵੱਡੀ ਠੋਕਰ ਖਾ ਕੇ ਇੱਕੋ ਦਮ ਪਿੱਛੇ ਨੂੰ ਮੁੜਿਆ, ਤੇ ਪਿੱਛੇ ਮੁੜਦੇ ਪਾਣੀ ਨੇ ਨੂੰ ਚੋਟ ਲੱਗੀ ਤੇ ਕਲਕਾਰੀ ਮਾਰੀ। ਪਿੱਛੇ ਆਉਣ ਵਾਲੇ ਪਾਣੀ ਨੇ ਮੁੜਦੇ ਪਾਣੀ ਨੂੰ ਆਖਿਆ ਕਾਹਦੇ ਲਈ ਦੁਖੀ ਹੋਇਆ? ਆਖਿਆ ਅੱਗੇ ਬਹੁਤ ਵੱਡੀ ਠੋਕਰ ਹੈ, ਬਹੁਤ ਵੱਡਾ ਇੱਥੇ ਪੱਥਰ ਪਿਆ। ਤੇ ਪਿੱਛੇ ਆਉਣ ਵਾਲੇ ਪਾਣੀ ਨੇ ਆਖਿਆ ਮਿੱਤਰਾ, ਜੇ ਇਹਨਾਂ ਠੋਕਰਾਂ ਤੋਂ ਡਰ ਗਏ ਫਿਰ ਸਮੁੰਦਰ ਵਿੱਚ ਨਹੀਂ ਪੈ ਸਕਦੇ। ਸਮੁੰਦਰ ਵਿੱਚ ਪੈਣ ਵਾਸਤੇ ਇਹੋ ਜਿਹੀਆਂ ਲੱਖਾਂ ਠੋਕਰਾਂ ਆਪਣੇ ਜੀਵਨ ਤੇ ਸਹਿਣੀਆਂ ਪੈਣੀਆਂ। ਉਹ ਕਹਿੰਦੇ ਨੇ ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵੈ ਤਰੇ ਤੁਰਿਆ, ਦਾਦਾ ਨਿਰਮਲ ਸਵੱਛ ਤੇ ਸੋਹਣਾ ਦਿਲ ਮੇਰਾ ਉਸ ਅੰਦਰ ਖੁਰਿਆ, ਇਹ ਪਰ ਡਾਢੀ ਚੀਸ ਸੀ ਉਸ ਦੀ ਜਾਂ ਪੱਥਰਾਂ ਨਾਲ ਵੱਜਾ, ਠੇਡੇ ਠੁੱਡੇ ਖਾ ਕੇ ਆਖਰ ਪੀਸ਼ਾ ਘਰ ਨੂੰ ਮੁੜਿਆ, ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਲਕਾਰੀ, ਠੋਕਰਾਂ ਬਾਜ ਨਾ ਮੰਜ਼ਲ ਮਿਲ ਗਈ ਦੁੱਖਾਂ ਬਾਜ ਨਾ ਯਾਰ। ਸਿੱਖੀ ਦੀ ਮਹਾਨ ਵਿਰਾਸਤ ਹੈ। ਤੇ ਗੁਰੂ ਕੇ ਸਵਾਰਿਓ ਅੱਜ ਉਸ ਸਿੱਖੀ ਦੇ ਸਿਧਾਂਤਾਂ ਦੀ ਪਾਲਣਾ ਕਰਨ ਦੀ ਚਿੰਤਾ ਵਾਸਤੇ ਅਸੀਂ ਮਹਾਂਪੁਰਸ਼ਾਂ ਦੀ ਇਸ ਬਰਸੀ ਸਮਾਗਮ ਵਿੱਚ ਸਾਰੇ ਜੁੜੇ ਬੈਠੇ। ਗੁਰੂ ਅੱਗੇ ਅਰਦਾਸ ਕਰਨੀ ਹੈ, ਸਤਿਗੁਰੂ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਜਿਹੜੇ ਜ਼ਖਮੀ ਹੋਏ ਜਿਨ੍ਹਾਂ ਨੂੰ ਚੋਟਾਂ ਲੱਗੀਆਂ, ਮੈਨੂੰ ਪਤਾ ਚੱਲਿਆ ਸਤਿਕਾਰਯੋਗ ਬਾਬਾ ਅਮਰੀਕ ਸਿੰਘ ਹੋਰਾਂ, ਉਹਨਾਂ ਨੂੰ ਵੀ ਚੋਟਾਂ ਆਈਆਂ। ਸਤਿਗੁਰ ਕਿਰਪਾ ਕਰਕੇ ਤੰਦਰੁਸਤੀ ਬਖਸ਼ਣ, ਕਿਉਂਕਿ ਲਾਗਤੇ ਦੀਵਾਨ ਰਹੇ
ਦੀਵਾਨ ਲੱਗਦੇ ਰਹਿਣ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਦੇ ਮਾਲਕ ਅਗਵਾਨੀ ਕਰਦੇ ਰਹਿਣ, ਰਹਿਮਤਾਂ ਕਰਦੇ ਰਹਿਣ। ਸਿੱਖ ਪੰਥ ਆਪਣਾ ਜੀਵਨ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਤਾਬਿਆ ਵਿੱਚ ਰਹਿ ਕੇ ਨਦਰੀ ਨਦਰ ਨਿਹਾਲ ਬਣਾਉਂਦੀ ਰਹੇ। ਬਸ ਇਹ ਅਰਦਾਸ ਹਰ ਸਿੱਖ ਨੇ ਕਰਨੀ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਅਸੀਂ ਮਹਾਂਪੁਰਸ਼ਾਂ ਦੇ ਇਸ ਬਰਸੀ ਸਮਾਗਮ ਤੇ, ਉਹਨਾਂ ਦੀ ਯਾਦ ਸਮਾਗਮ ਤੇ ਜੁੜ ਕੇ ਗੁਰੂ ਚਰਨਾਂ ਵਿੱਚ ਸਿੱਖੀ ਨੂੰ ਹੋਰ ਦ੍ਰਿੜਤਾ ਨਾਲ, ਪਿਆਰ ਨਾਲ ਕਮਾਉਣ ਦਾ ਅਰਦਾਸ ਕਰਕੇ ਇਹ ਸੁਨੇਹਾ ਗੁਰੂ ਚਰਨਾਂ ਤੋਂ, ਉਪਦੇਸ਼ ਗੁਰੂ ਚਰਨਾਂ ਤੋਂ ਲੈ ਕੇ ਜਾਣਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਗਲਤੀਆਂ ਭੁੱਲਾਂ ਦੀ ਖਿਮਾ। ਪਠਾਨਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਔਰ ਆਪ ਜੀ ਵਰਗੀਆਂ ਰੱਬ ਸਰੂਪ ਸਾਧ ਸੰਗਤਾਂ ਦਾ। ਸਤਿਕਾਰਯੋਗ ਬਾਬਾ ਅਮਰੀਕ ਸਿੰਘ ਜੀ, ਮਹਾਂਪੁਰਸ਼ ਬਾਬਾ ਤਰਨਜੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਵਾਏ। ਇੰਨੀਆਂ ਬੇਨਤੀਆਂ ਕਰੋ ਪ੍ਰਵਾਨ, ਪਿਆਰ ਸਹਿਤ ਫਤਿਹ ਗਜਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।